ਆਹ ਬਹਾਦਰਗੜ੍ਹ ਚੌਂਕੀ ਦਾ ਹਾਲ ਦੇਖ ਲਓ। ਇਹ ਗਰੀਬ ਬੰਦਾ ਇੱਥੇ ਆਉਂਦਾ ਨਾ, ਉਹ ਤੋਂ ਮੀਟ ਮੰਗਦੇ ਆ। ਦੇਖੋ ਆਹ, ਦੇਖੋ ਆਹ ਅੰਡੇ। ਕੋਈ ਕਾਰਵਾਈ ਨਹੀਂ ਕਰੀ, ਮੇਰਾ ਕੁਛ ਨਹੀਂ ਸੁਣਿਆ। ਮੇਰੇ ਡੈਡੀ ਪੈਰਾਂ 'ਚ ਗਿਰ ਕੇ ਗਿਆ ਟ੍ਰੇਨਾਂ ਦੇ। ਪਿਛਲੇ ਸਾਲ ਵੀ ਮੈਨੂੰ ਇਸ ਕੰਮ 'ਚ ਰਿਮਾਂਡ ਕਰਿਆ ਇਹਨਾਂ ਨੇ ਬਿਨਾਂ ਪੁੱਛੇ ਮੇਰਾ। ਲਓ ਜੀ ਆਹ ਨੇ ਜੀ, ਲਓ ਜੀ ਲਓ, ਆ ਜਾਓ। ਹੈਲੋ, ਆਹ ਦੇਖੋ ਕੁੰਡੇ ਲਾ ਰਹੇ ਨੇ ਇਹ ਯਾਰ। ਤਨਖਾਹਾਂ ਲੈ ਰਹੇ ਹੋ ਯਾਰ, ਗਰੀਬਾਂ ਤੋਂ ਲਾਏਂਗੇ ਤੁਸੀਂ ਤਨਖਾਹਾਂ? ਤਸਵੀਰਾਂ 'ਚ ਨਜ਼ਰ ਆਉਣ ਵਾਲਾ ਇਹ ਪਰਨੇ ਵਾਲਾ ਸ਼ਖਸ ਬੈਂਸ ਪਾਰਟੀ ਦਾ ਸਮਰਥਕ ਯਾਦਵਿੰਦਰ ਸਿੰਘ ਖਹਿਰਾ ਏ, ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਪੁਲਿਸ ਦੀਆਂ ਰਾਤਾਂ ਵੇਲੇ ਧੱਜੀਆਂ ਉਡਾ ਦਿੱਤੀਆਂ ਨੇ। ਅਸਲ 'ਚ ਯਾਦਵਿੰਦਰ ਸਿੰਘ ਨਾਲ ਨਜ਼ਰ ਆਉਣ ਵਾਲਾ ਇਹ ਸ਼ਖਸ ਪੰਜਾਬ ਦਾ ਉਹ ਗਰੀਬ ਨੌਜਵਾਨ ਜਿਸ ਦਾ ਦਾਅਵਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੀ ਬਹਾਦਰਗੜ੍ਹ ਚੌਂਕੀ 'ਚ ਆਪਣੀ ਰਿਪੋਰਟ ਦਰਜ ਕਰਵਾਉਣ ਆਉਂਦਾ ਏ, ਪਰ ਚੌਂਕੀ 'ਚ ਤਾਇਨਾਤ ਪੁਲਿਸ ਵਾਲੇ ਉਸ ਤੋਂ ਸ਼ਰਾਬ ਦੀ ਬੋਤਲ ਅਤੇ ਮੁਰਗੇ ਦੇ ਮੀਟ ਦੀ ਮੰਗ ਕਰਦੇ ਨੇ, ਜਿਸ ਦੀ ਜਾਣਕਾਰੀ ਉਸਨੇ ਯਾਦਵਿੰਦਰ ਸਿੰਘ ਖਹਿਰਾ ਨਾਲ ਸਾਂਝੀ ਕੀਤੀ। ਬਸ ਫਿਰ ਕੀ ਸੀ, ਦੋਵਾਂ ਨੇ ਮਿਲ ਕੇ ਰਾਤ ਵੇਲੇ ਪੁਲਿਸ ਵਾਲਿਆਂ ਦਾ ਅਜਿਹਾ ਸਟਿੰਗ ਕੀਤਾ ਕਿ ਪੂਰੇ ਪਟਿਆਲਾ ਸ਼ਹਿਰ ਦੀ ਪੁਲਿਸ ਦੇ ਤੋਤੇ ਉੱਡ ਗਏ। ਜ਼ਰਾ ਵੇਖੋ ਕਿਵੇਂ ਦੋਵਾਂ ਨੇ ਲਾਈਵ ਹੋ ਕੇ ਪੁਲਿਸ ਵਾਲਿਆਂ ਥਾਣੇ 'ਚ ਮੁਰਗਾ ਖਾਂਦਿਆਂ ਅਤੇ ਸ਼ਰਾਬ ਪੀਂਦਿਆਂ ਦੇ ਰੰਗੇ ਹੱਥੀ ਫੜਿਆ। ਆਹ ਦੇਖੋ ਜੀ, ਮੈਂ ਗਿਆ ਸੀਗਾ ਜੀ ਚੌਂਕੀ 'ਚ ਰਿਪੋਰਟ ਲਿਖਾਉਣ, ਠੀਕ ਹੈ ਜੀ। ਅਤੇ ਮੈਨੂੰ ਕਹਿੰਦੇ ਤੂੰ ਸੇਵਾ ਪਾਣੀ ਕਰਦੇ ਕੁਛ, ਕਮਰੇ 'ਚ ਲਿਜਾ ਕੇ ਲੱਗ ਲਿਜਾ ਕੇ, ਅਤੇ ਅਸੀਂ ਤੇਰੀ ਰਿਪੋਰਟ ਲਿਖ ਲੈਂਦੇ ਹਾਂ, ਨਾਲੇ ਬੰਦੇ ਹੁਣੇ ਚੱਕ ਲਿਆਵਾਂਗੇ। ਸੇਵਾ ਪਾਣੀ ਕਾਹਦੀ ਮੰਗੀ ਸੀ? ਸੇਵਾ ਪਾਣੀ ਮੰਗੀ ਸੀ ਦਾਰੂ ਦੀ ਬੋਤਲ ਅਤੇ ਚਿਕਨ। ਪਹਿਲਾਂ ਕਹਿੰਦੇ ਸੀ ਪੈਸੇ, ਮੈਂ ਕਿਹਾ ਮੈਂ ਗਰੀਬ ਬੰਦਾ, ਪੈਸੇ ਕਿੱਧਰੋਂ ਦਊਂਗਾ, ਠੀਕ ਹੈ। ਅਤੇ ਫਿਰ ਕਹਿੰਦੇ ਚੱਲ ਬੋਤਲ ਹੀ ਲਿਆ। ਹੁਣ ਮੈਂ ਮਿੰਨਤਾਂ ਮੁੰਨਤਾਂ ਕਰਕੇ ਲੋਕਾਂ ਦੀਆਂ, ਹੁਣ ਇਹ ਦਾਰੂ ਦੀ ਬੋਤਲ ਫੜ ਕੇ ਲੈ ਕੇ ਜਾ ਰਿਹਾ ਉਹਨਾਂ ਵਾਸਤੇ। ਹੁਣ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ, ਅਸੀਂ ਕਿੰਨੀ ਮਿੰਨਤਾਂ ਕਰੀਆਂ ਉਹਨਾਂ ਦੀਆਂ ਵੀ ਲਿਖ ਲਓ ਰਿਪੋਰਟ ਲਿਖ ਲਓ, 5 ਦਿਨ ਹੋ ਕੇ ਖੱਜਲ ਖੁਆਰ ਹੁੰਦੇ ਨੇ, ਪਰ ਸਾਡੀ ਇੱਕ ਨਹੀਂ ਸੁਣੀ ਹੈਗੀ। ਹੁਣ ਕਹਿੰਦੇ ਪਰਲੇ ਪਾਸੇ ਤੋਂ, ਆਹ ਦੇਖ ਲਓ ਜੀ, ਮੈਂ ਚੱਲਿਆ ਹੁਣ ਸੇਵਾ ਪਾਣੀ ਕਰਨ। ਹੁਣ ਦੇਖੋ ਕਾਰਵਾਈ ਕਰਨੀ ਹੈ ਆਪਣੀ। ਇਨਵਾਈਟ ਕਰਨਾ ਭਾਅ ਜੀ ਤੁਹਾਨੂੰ। ਹੈਲੋ, ਇਨਵਾਈਟ ਕਰਨਾ ਤੁਹਾਨੂੰ, ਇਨਵਾਈਟ ਜੀ, ਠੀਕ ਹੈ। ਆਹ ਦੇਖੋ ਜੀ, ਥੋੜ੍ਹਾ ਜਿਹਾ ਇਹਦਾ ਲਾ ਦੇ ਉੱਤੋਂ, ਬਸ ਠੀਕ ਹੈ, ਆ ਜਾ, ਚੱਲ ਆ ਜਾ, ਬਹਿ ਜਾ। ਹਾਂਜੀ, ਐਵੇਂ ਜਾਵਾਂ ਜੀ ਸਿੱਧਾ। ਹੈਲੋ, ਹਾਂਜੀ ਭਾਅ ਜੀ, ਐਵੇਂ ਜਾਵਾਂ ਸਿੱਧਾ? ਮੈਂ ਪੁੱਛਦਾ ਵੀ ਹੁਣ ਐਵੇਂ ਜਾਵਾਂ?
ਹੈਲੋ ਹੈਲੋ ਹਾਂਜੀ 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 ਕਹੋ ਰਹੇ ਹਾਂ ਆਇਆ ਸੁਨੀਲ ਆ ਜਾਓ ਹੈਲੋ ਹਾਂਜੀ 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 ਹੈਲੋ ਹਾਂਜੀ ਹਾਂ ਆ ਯਾਰ ਫੁੱਦੂ ਉੱਧਰ ਹਾਂਜੀ ਭਾਅ ਜੀ ਹਾਂਜੀ ਹਾਂ ਦੇਖੋ ਜੀ ਹਾਂ ਸਿਮਰਜੀਤ ਸਿੰਘ ਬੈਂਸ ਗੱਲ ਕਰ ਰਹੇ ਨੇ ਆ ਬੈਂਸ ਸਾਹਿਬ ਕਰਿਓ ਗੱਲ ਸਰ ਲਓ ਜੀ ਬੈਂਸ ਸਾਹਿਬ ਨਾਲ ਗੱਲ ਕਰਿਓ ਸਿਮਰਜੀਤ ਸਿੰਘ ਬੈਂਸ ਐਮ ਐਲ ਏ ਲੁਧਿਆਣਾ ਸਰ ਗੱਲ ਕਰੋ ਸੇਵਾਦਾਰ ਹਾਂ ਹਾਂਜੀ ਆ ਦੇਖੋ ਜੀ ਚੌਂਕੀ ਬਹਾਦਰਗੜ੍ਹ ਆ ਬੈਂਸ ਸਾਹਿਬ ਨੇ ਸਾਨੂੰ ਸਪੈਸ਼ਲ ਕਿਹਾ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਜੀ ਇਹ ਪਹਿਲਾਂ ਸਰ ਅਸੀਂ ਸਰ ਉੱਥੋਂ ਹੀ ਵੀਡੀਓ ਬਣਾ ਕੇ ਲੈ ਕੇ ਆ ਰਹੇ ਹਾਂ ਤੁਸੀਂ ਆਪ ਅਸੀਂ ਪੈਗ ਖੋਲ ਕੇ ਤਾਂ ਨਹੀਂ ਦਿੱਤਾ ਅਸੀਂ ਪੈਗ ਖੋਲ ਕੇ ਨਹੀਂ ਦਿੱਤਾ ਬਿਲਕੁਲ ਸਰ ਆਹ ਬਹਾਦਰਗੜ੍ਹ ਚੌਂਕੀ ਦਾ ਹਾਲ ਦੇਖ ਲਓ ਇਹ ਗਰੀਬ ਬੰਦਾ ਇੱਥੇ ਆਉਂਦਾ ਨਾ ਉਹ ਤੋਂ ਮੀਟ ਮੰਗਦੇ ਆ ਦੇਖੋ ਆਹ ਦੇਖੋ ਆਹ ਅੰਡੇ ਕਾਰਵਾਈ ਨਹੀਂ ਕਰੀ ਮੇਰਾ ਕੁਛ ਨਹੀਂ ਸੁਣਿਆ ਮੇਰੇ ਡੈਡੀ ਪੈਰਾਂ 'ਚ ਗਿਰ ਕੇ ਗਿਆ ਟ੍ਰੇਨਾਂ ਦੇ ਪਿਛਲੇ ਸਾਲ ਵੀ ਮੈਨੂੰ ਇਸ ਕੰਮ 'ਚ ਰਿਮਾਂਡ ਕਰਿਆ ਇਹਨਾਂ ਨੇ ਬਿਨਾਂ ਪੁੱਛੇ ਮੇਰਾ ਸੁਣਦੇ ਨਹੀਂ ਹੈਗੇ ਕਿਸੇ ਨੂੰ ਸਾਡੇ ਨਾਲ ਨਹੀਂ ਇਹਨਾਂ ਦਾ ਬੈਂਸ ਭਾਅ ਜੀ ਆਹ ਦੇਖੋ ਜੀ ਅਸੀਂ ਪਹਿਲਾਂ ਮੈਂ ਇਸ ਮੁੰਡੇ ਨਾਲ ਆਇਆ ਅਤੇ ਇਹਨਾਂ ਨੇ ਹੁਣ ਇਹਦੇ ਵਿਚਾਰੇ ਦਾ ਮਹੀਨਾ ਹੋ ਗਿਆ ਇਹ ਨਹੀਂ ਉਹ ਕਰ ਰਹੇ ਆ ਦੇਖੋ ਜੀ ਬਹਾਦਰਗੜ੍ਹ ਚੌਂਕੀ ਹੈ ਉਹਦੇ ਮੇਰਾ ਭਰਾ ਮਰਨ ਨੂੰ ਬੈਠਾ ਇਹ ਪੈਸੇ ਭਾਲਦੇ ਉੱਥੇ ਸਾਡੇ ਨਾਲ ਇੱਕ ਤਾਂ ਲਿਆ ਜੀ ਉਹਦਾ ਭਰਾ ਪੈਸੇ ਮੰਗਦੇ ਹੁਣ ਇਹਨੂੰ ਉਹ ਕਿਵੇਂ ਆਪਣਾ ਸ਼ੇਅਰ ਕਰ ਸਕਦੇ ਕੰਡੀਸ਼ਨਾਂ ਕਰਦੀ ਬਾਈ ਜਿਹੜੇ ਜਿਹੜੇ ਦੇਖ ਰਹੇ ਨੇ ਆ ਜਾਓ ਯਾਰ ਜੇ ਬੈਂਸ ਸਾਹਿਬ ਦੀ ਕਦਰ ਆ ਕਿਸੇ ਨੂੰ ਆ ਜਾਓ ਕਰਾਓ ਗੱਲ ਕਰ ਰਹੇ ਹਾਂ ਕਰਾਓ ਕਰਾਓ ਗੱਲ ਕਰੋ ਬਾਈ ਬਹਾਦਰਗੜ੍ਹ ਚੌਂਕੀ ਤੁਹਾਡੇ ਨਾਲ ਵੀ ਕਦੇ ਹੋ ਸਕਦਾ ਜੇ ਵਿਚਾਰੇ ਗਰੀਬ ਨਾਲ ਹੋਇਆ ਯਾਰ ਆ ਦੇਖੋ ਜੀ ਪੂਰਾ ਇਹ ਦੇਖੋ ਕੁੰਡੇ ਲਾ ਰਹੇ ਨੇ ਇਹ ਯਾਰ ਤਨਖਾਹਾਂ ਲੈ ਰਹੇ ਹੋ ਯਾਰ ਗਰੀਬਾਂ ਤੋਂ ਲੈਣਗੇ ਤੁਸੀਂ ਤਨਖਾਹਾਂ
ਹੈ ਹੁਣ ਗੱਲ ਵੀ ਨਹੀਂ ਕਰ ਰਿਹਾ ਇਹ ਗੱਲ ਵੀ ਨਹੀਂ ਕਰ ਰਿਹਾ ਹੁਣ ਗਾਲਾਂ ਕੱਢ ਰਿਹਾ ਉਹ ਆਈ ਆਈ ਯਾਰ ਆ ਸਰ ਇੱਕ ਵਾਰ ਖੋਲ ਦਿਓ ਮਾੜਾ ਜਿਹਾ ਇੱਕ ਵਾਰ ਖੋਲ ਦਿਓ ਐਸ ਐਚ ਓ ਦੇ ਕੋਈ ਨਹੀਂ ਹੈਗਾ ਜੀ ਇਹ ਤਿੰਨ ਜਣੇ ਨੇ ਇੱਥੇ ਹਾਂਜੀ ਆ ਆਏ ਨੇ ਹਾਂਜੀ ਹਾਂ ਆਏ ਨੇ ਜੀ ਮੁੰਡੇ ਹੋਰ ਵੀ ਆਏ ਨੇ ਇਹ ਗਰੀਬ ਤੋਂ ਪੈਸੇ ਲੈਂਦੇ ਨੇ ਜਿਹੜੇ ਜਿਹੜਾ ਬੰਦਾ ਨੰਗਾ ਸੀ ਉਹੀ ਦਾਰੂ ਪੀ ਰਿਹਾ ਜੀ ਗੱਲ ਕਰਾ ਲਓ ਵੀਰੇ ਇੱਕ ਵਾਰ ਗੱਲ ਕਰਾਓ ਹਾਂਜੀ ਗੱਲ ਆ ਗੱਲ ਕਰ ਲਾ ਯਾਰ ਇੱਕ ਵਾਰ ਗੱਲ ਨਵੇੜ ਆ ਬੈਂਸ ਸਾਹਿਬ ਨਾਲ ਗੱਲ ਕਰੋ ਕਰੋ ਇੱਕ ਵਾਰ ਕਰ ਲਓ ਲੈ ਬਾਈ ਕਰ ਬਾਹਰ ਦਾਰੂ ਪੀ ਕੇ ਆਂਡੀ ਖਾਣ ਜੋਗੇ ਤੁਸੀਂ ਹੈਲੋ ਨਹੀਂ ਨਹੀਂ ਜੀ ਆ ਨਹੀਂ ਰਿਹਾ ਕੋਈ ਵੀ ਸਾਹਮਣੇ ਪੂਰੇ ਕੋਈ ਨਹੀਂ ਹੈਗਾ ਇਸ ਟਾਈਮ ਅਫਸਰ ਕੁੰਡਾ ਖੜਕਾ ਲਿਆ ਸੁਨੀਲ ਖੜਕਾ ਕੁੰਡਾ ਖੋਲ ਨਹੀਂ ਰਹੇ ਜੀ ਇਹ ਹੈਲੋ ਹਾਂਜੀ ਹਾਂਜੀ ਆਹ ਦੇਖ ਲਓ ਜੀ ਆਹ ਗਰੀਬ ਬੰਦਾ ਰਿਪੋਰਟ ਲਿਖਾਉਣ ਆਇਆ ਸੀ ਇਹਨੂੰ ਕਹਿੰਦੇ ਵੀ ਪਹਿਲਾਂ ਦਾਰੂ ਲਿਆ ਮੀਟ ਲਿਆ ਇਹ ਵਿਚਾਰਾ ਹੁਣ 500 ਰੁਪਈਆ ਲਾ ਕੇ ਮੀਟ ਲਿਆ ਕੇ ਦਾਰੂ ਕਿਵੇਂ ਮੇਰੇ ਨਾਲ ਇਹਦਾ ਵਿਚਾਰੇ ਦਾ ਕਨੈਕਸ਼ਨ ਹੋਇਆ ਹੁਣ ਆਏ ਆ ਇਹਦੇ ਕੋਲ ਰੰਗੇ ਹੱਥੀਂ ਫੜੇ ਨੇ ਉੱਥੇ ਮੀਟ ਖਾਂਦੇ ਥਾਣੇ ਦੇ ਵਿੱਚ ਦਾਰੂ ਪੀਂਦੇ ਹੁਣ ਕੁੰਡਾ ਲਾ ਲਿਆ ਹੈਲੋ ਆ ਦੇਖੋ ਬਾਈ ਜੇ ਕਦੇ ਵੀ ਕੋਈ ਬਹਾਦਰਗੜ੍ਹ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਜਿਵੇਂ ਵੀ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਿਓ ਇਹਨਾਂ ਨੂੰ ਦਿਖਾਉਣਾ ਹੁਣ ਇਹ ਜਿਹੜੇ ਇਹ ਆ ਬੰਦਾ ਇਹਨੂੰ ਵੀ ਦਿਖਾਉਣਾ ਵੀ ਪਬਲਿਕ ਗਰੀਬ ਦੇ ਕਿੰਨੀ ਕੁ ਪਾਵਰ ਆ ਸਰਪੰਚਾਂ ਕੋਲ ਕਰਾ ਕੇ ਬਾਅਦ 'ਚ ਲੈ ਕੇ ਦੇ ਜਾਓ ਪਰਚੇ ਫਿਰ ਕਹਿ ਦਿੰਦੇ ਸਾਨੂੰ ਨਹੀਂ ਪਤਾ ਇਹਨਾਂ ਦਾ ਬਹੁਤ ਬੁਰਾ ਹਾਲ ਆ ਜੀ ਅਸੀਂ ਪ੍ਰਸ਼ਾਸਨ ਅੱਗੇ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਵੀ ਇਹੋ ਜਿਹੀਆਂ ਚੌਂਕੀਆਂ 'ਚ ਜਿਹੜੇ ਇਹੋ ਜਿਹੇ ਬੰਦੇ ਬੈਠੇ ਨੇ ਇਹਨਾਂ ਨੂੰ ਇਹਨਾਂ ਦਾ ਕੋਈ ਹੱਲ ਕਰੋ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹਨਾਂ ਦਾ ਹੱਲ ਕੀਤਾ ਜਾਵੇ ਅਤੇ ਸਾਡੀ ਬੈਂਸ ਸਾਹਿਬ ਨੂੰ ਵੀ ਇਹੀ ਬੇਨਤੀ ਹੈ ਕਿ ਇਹਨਾਂ ਦਾ ਜਿਹੜਾ ਬਹਾਦਰਗੜ੍ਹ ਆ ਕੇ ਇਹਨਾਂ ਦਾ ਹਾਲ ਦੇਖਿਆ ਜਾਵੇ ਇੱਥੇ ਇੱਕ ਮਾਮਲਾ ਨਹੀਂ ਪਹਿਲਾਂ ਵੀ ਇੱਥੇ ਇੱਕ ਮੁੰਡਾ ਕੁੱਟਿਆ ਸੀ ਇਹਨਾਂ ਨੇ ਅੰਦਰ ਬੁਲਾਮਾ ਉਹ ਕਰਕੇ ਵਾੜ ਕੇ ਉਦੋਂ ਵੀ ਇੱਥੇ ਕੁਛ ਨਹੀਂ ਹੋਇਆ ਹੁਣ ਵੀਰੇ ਬਹਾਦਰਗੜ੍ਹ ਦੀ ਜਨਤਾ ਨੂੰ ਵੀ ਇਹ ਮੇਰੀ ਅਪੀਲ ਹੈ ਵੀ ਤੁਸੀਂ ਮਾੜਾ ਮੋਟਾ ਦੇਖੋ ਯਾਰ ਤੁਸੀਂ ਇੱਥੇ 500 ਰੁਪਈਆ ਲਿਆ ਕੇ ਫੜਾ ਲੈਂਦੇ ਹੋ ਪਤਾ ਨਹੀਂ ਕਿਹਤੋਂ ਮੰਗ ਮੰਗ ਕੇ ਤੁਸੀਂ ਆਪਣੀ ਘੱਟੋ ਘੱਟ ਯਾਰ ਆਪਣੇ ਹੱਕਾਂ ਲਈ ਤਾਂ ਲੜੋ ਇਹ ਬਾਈ ਆਪਣੇ ਹੱਕ ਲਈ ਮੇਰੇ ਕੋਲ ਆਇਆ ਡਰਦਾ ਵਿਚਾਰਾ ਦੇ ਦਿੰਦਾ 500 ਰੁਪਈਆ 1000 ਰੁਪਈਆ ਦੇ ਦਿੰਦਾ ਕੀ ਹੁੰਦਾ ਇਹਨਾਂ ਨੇ ਕੱਲ੍ਹ ਨੂੰ ਕਿਸੇ ਹੋਰ ਗਰੀਬ ਤੋਂ ਵੀ ਐਵੇਂ ਮੰਗਣੇ ਸੀ ਅਸੀਂ ਫੜਿਆ ਇਹਨਾਂ ਨੂੰ ਤਾਂ ਵੀ ਕੱਲ੍ਹ ਨੂੰ ਕਿਸੇ ਹੋਰ ਨਾਲ ਨਾ ਹੋਵੇ 500 ਰੁਪਏ ਦਾ ਸਾਨੂੰ ਕੋਈ ਦੁੱਖ ਨਹੀਂ ਪਰ ਕਿਸੇ ਹੋਰ ਨਾਲ ਨਾ ਹੋਵੇ ਐਵੇਂ ਵੀਰੇ ਸਾਰੇ ਜਾਗਰੂਕ ਹੋਵੋ ਜਿਹੜੇ ਮੇਰੇ ਪਿੰਡਾਂ ਦੇ ਨੌਜਵਾਨ ਨੇ ਹੋਰ ਨੇ ਇਹੋ ਜਿਹੇ ਜਿਹੜੇ ਠੱਗ ਬੈਠੇ ਨੇ ਅਫਸਰਸ਼ਾਹੀ ਬੈਠੀ ਆ ਜਿਹੜੀ ਇਹੋ ਜਿਹੀ ਠੱਗੀ ਮਾਰਨ ਬੈਠੇ ਨੇ ਚਾਹੇ ਕਿਸੇ ਵੀ ਦਫ਼ਤਰ 'ਚ ਸਾਨੂੰ ਫੋਨ ਕਰ ਲਓ ਵੀਰੇ
ਸਾਡਾ ਨੰਬਰ ਹੈ ਇਹਦੇ ਵਿੱਚ ਲਿਖਿਆ ਵਾ, ਫੋਨ ਕਰ ਲਓ ਭਾਵੇਂ ਅੱਧੀ ਰਾਤ ਨੂੰ ਕਰ ਲਓ, ਹਾਜ਼ਰ ਹਾਂ ਅਸੀਂ। ਪਰ ਇਹੋ ਜਿਹੇ ਆਹ ਦਿਖਾ ਦਿਓ, ਆਹ ਦੇਖ ਲਓ, ਆ ਜਾ ਵੀਰੇ, ਆਹ ਬਹਾਦਰਗੜ੍ਹ ਚੌਂਕ ਜਾ ਦੇਖ ਲਓ, ਗਰੀਬਾਂ ਨੂੰ ਖਾ ਕੇ ਆ ਬਹਿ ਜਾਂਦੇ ਨੇ ਅੰਦਰ, ਆ ਦੇਖ ਲਓ ਬੈਠੇ ਉੱਠੇ ਹੋਏ ਆ। ਬਸ ਚਲੋ ਵੀਰੇ, ਤੁਸੀਂ ਯਾਰ ਸਪੋਰਟ ਕਰੋ ਇਹੋ ਚੰਗੇ ਅਫਸਰਾਂ ਦੀ, ਆਪਾਂ ਵੀ ਇੱਜ਼ਤ ਕਰਦੇ ਹਾਂ। ਪਰ ਇਹੋ ਜਿਹੇ ਬੰਦੇ ਜਿਹੜੇ ਥਾਣੇ 'ਚ ਯਾਰ ਆਂਡਾ ਮੀਟ ਖਾ ਰਹੇ ਨੇ, ਤੁਸੀਂ ਵੀਡੀਓ ਦੇਖੋ ਵੀਰੇ। ਥੈਂਕ ਯੂ ਬਾਈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਤੇ ਪੰਜਾਬ ਪੁਲਿਸ ਦੀ ਇੱਕ ਵਾਰ ਫਿਰ ਮੁੜ ਤੋਂ ਸ਼ਰਮਸ਼ਾਰ ਹੋ ਗਈ ਹੈ। ਪਰ ਵੇਖਣਾ ਇਹ ਹੋਵੇਗਾ ਕਿ ਪੂਰੇ ਮਾਮਲੇ 'ਚ ਉੱਚ ਅਧਿਕਾਰੀ ਕੀ ਕਾਰਵਾਈ ਕਰਦੇ ਨੇ, ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਖਾਨਾ ਪੂਰਤੀ ਕਰਕੇ ਮਾਮਲਾ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।